ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਮੁੰਡੇ ਨੂੰ ਮੋਦ ਦੇ ਬਾਰੇ ਆਇਆ ਅਜੀਹਾ ਮੈਸੇਜ ਪੜਦਿਆਂ ਹੀ ਉੱਡੇ ਹੋਸ਼ ਸਾਰੇ ਪਾਸੇ ਹੋ ਗਈ ਚਰਚਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਇਹ ਸੰਸਾਰ ਦੇ ਵਿੱਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਅਜੀਬੋ-ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਸ ਨੂੰ ਸੁਣ ਕੇ ਇਨਸਾਨ ਪਰੇਸ਼ਾਨ ਹੋਣ ਦੇ ਨਾਲ-ਨਾਲ ਬੇਦਹਰੀਆਂ ਵੀ ਹੋ ਜਾਂਦਾ ਹੈ। ਸਾਡੇ ਦੇਸ਼ ਅੰਦਰ ਵੀ ਨਿਤਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਇਹਨਾਂ ਵਿੱਚੋਂ ਇੱਕ ਮਾਮਲਾ ਕੋਮੀ ਰਾਜਸਥਾਨੀ ਵਿੱਚ ਸੁਣਨ ਨੂੰ ਮਿਲਿਆ ਜਿੱਥੋਂ ਦੇ ਇੱਕ ਜਉਂਦੇ ਜਾਗਦੇ ਵਿਅਕਤੀ ਨੂੰ ਉਸਦੀ ਮੌਸਬੰਦੀ ਖਬਰਾਂ ਦਾ ਖਬਰ ਦਾ ਪਤਾ ਲੱਗਾ ਥੇਰ ਇਜ਼ ਅ ਦਿੱਲੀ ਨਗਰ ਨਿਗਮ ਦੇ ਦੱਖਣੀ ਖੇਤਰ ਦੇ ਆਰਿਆ ਨਗਰ ਵਿੱਚ ਰਹਿਣ ਵਾਲੇ ਵਿਨੋਦ ਸ਼ਰਮਾ ਦੇ ਮੋਬਾਈਲ ਉੱਪਰ ਇੱਕ ਮੈਸੇਜ ਆਇਆ ਜਿਸ ਨੂੰ ਪੜਦੇ ਸਾਰ ਹੀ ਵਿਨੋਦ ਸ਼ਰਮਾ ਬੇहद ਹੈਰਾਨ ਹੋ ਗਿਆ ਉਹ ਆਈ ਮੈਸੇਜ ਆਏ ਹੋਏ ਮੈਸੇਜ ਦੇ ਵਿੱਚ ਵੀ ਨੋਟ ਦੇ ਮੋਤਾ ਸਰਟੀਫਿਕੇਟ ਬਣ ਜਾਣ ਦੀ ਗੱਲ ਲਿਖੀ ਗਈ ਸੀ ਜਦਕਿ ਵਿਨੋਦ ਬਿਲਕੁਲ ਠੀਕ ਸੀ ਉਹ ਮੈਸੇਜ ਵਿੱਚ ਲਿਖਿਆ ਸੀ ਕਿ ਤੁਹਾਡਾ ਥੈਟ ਸੈਟ ਕਿ ਤਿਆਰ ਹੋ ਗਿਆ ਹੈ ਆ ਕੇ ਲੈ ਜਾਓ ਥੈਟ ਸਰਟੀਫਿਕੇਟ ਲਈ ਤੁਸੀਂ ਜੋ ਅਰਜ਼ੀ ਦਿੱਤੀ ਸੀ ਉਸ ਨੂੰ ਸਵੀਕਾਰ ਕਰਦੇ ਹੋ ਥੈਟ ਸਰਟੀਫਿਕੇਟ ਬਣਾ ਦਿੱਤਾ ਹੈ ਮੈਸੇਜ ਦੇ ਨਾਲ ਆਏ ਹੋਏ ਲਿੰਕ ਉੱਪਰ ਕਲਿੱਕ ਕਰਕੇ ਮੋਦੇ ਸਰਵਰ ਨੂੰ ਡਾਊਨਲੋਡ ਕਰਨ ਦੇ ਨਾਲ ਵੀ ਆਖਿਆ ਗਿਆ ਸੀ ਦੱਖਣੀ ਦਿੱਲੀ ਦੀ ਆਰੀਆ ਨਗਰ ਵਿੱਚ ਰਹਿਣ ਵਾਲੇ 52 ਸਾਲਾਂ ਦੇ ਵਿਨੋਦ ਸ਼ਰਮਾ ਦੇ ਮੋਬਾਈਲ ਉੱਪਰ ਜਦੋਂ ਮੈਸੇਜ ਆਇਆ ਤੇ ਉਸਨੇ ਸ਼ਿਕਾਇਤ ਕੀਤੀ ਇਸ ਲਈ ਵਿਨੋਦ ਸ਼ਰਮਾ ਨੇ ਸ਼ਿਕਾਇਤ ਆਪਣੇ ਕਾਉਂਸਲਰ ਨੂੰ ਕੀਤੀ ਵਿਨੋਦ ਨੇ ਆਖਿਆ ਕਿ ਨਾ ਤਾਂ ਉਹਨਾਂ ਨੇ ਮੋਦਾ ਪ੍ਰਮਾਣ ਪੱਤਰ ਸੰਬੰਧੀ ਕੋਈ ਅਰਜ਼ੀ ਦਿੱਤੀ ਸੀ ਅਤੇ ਨਾ ਹੀ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਐਸ ਜੀ ਐਮ ਐਸ ਵੱਲੋਂ ਮੋਤ ਦੇ ਅਚੇਹ ਪ੍ਰਮਾਣ ਪੱਤਰ ਬਿਨਾ ਕਿਸੇ ਜਾਂਚ ਪੜਤਾਲੇ ਪੇਜਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਖਬਰ ਨੂੰ ਤੁਹਾਡਾ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦੇਣਾ ਖਬਰ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ